ਡਿਕਰੀਜ਼ ਹੋਇਆ ਪ੍ਰਾਈਸ ਹੈ, ਇਹ ਵਾਲਾ ਇਨਕਰੀਜ਼ ਹੋਇਆ ਪ੍ਰਾਈਸ ਹੈ। ਓਕੇ, ਹੁਣ ਗੱਲ ਕਰੀਏ ਇਸ ਚੈਪਟਰ ਦੇ ਸਭ ਤੋਂ ਜਿਹੜਾ ਮੇਨ ਟੌਪਿਕ ਸੀਗਾ ਕੰਜ਼ਿਊਮਰ ਦਾ, ਇਕੁਲੀਬ੍ਰੀਅਮ। ਦੇਖੋ ਜੀ, ਕੰਜ਼ਿਊਮਰ ਦਾ ਇਕੁਲੀਬ੍ਰੀਅਮ ਇਸ ਚੈਪਟਰ ਦੇ ਵਿੱਚ, ਮਤਲਬ ਇਸ ਟੌਪਿਕ ਦੇ ਵਿੱਚ ਕਿਵੇਂ ਆਏਗਾ, ਉੱਥੇ ਲੋੜ ਪਏਗੀ ਇੱਕ ਆਈਸੀ ਦੀ ਅਤੇ ਇੱਕ ਬਜਟ ਲਾਈਨ ਦੀ। ਜਿੱਥੇ ਇਹ ਦੋਨੋਂ ਆਪਸ 'ਚ ਮੈਚ ਕਰਨਗੇ ਉੱਥੇ ਹੋਏਗਾ ਕੰਜ਼ਿਊਮਰ ਦਾ ਇਕੁਲੀਬ੍ਰੀਅਮ। ਪਰ ਕੁਛ ਚੀਜ਼ ਹੈ ਜੋ ਤੁਹਾਨੂੰ ਸਮਝਾਉਣੀ ਹੈ ਤਾਂ ਕਿ ਡਾਊਟ ਨਾ ਮਨ 'ਚ ਰਹਿ ਜੇ। ਬੁੱਕ ਦੇ ਵਿੱਚ ਚੀਜ਼ ਚੱਜ ਨਾਲ ਦਿੱਤੀ ਨਹੀਂ ਪਈ। ਕਿਵੇਂ? ਤਿੰਨ ਤਰ੍ਹਾਂ ਦੇ ਕੇਸ ਹੋ ਸਕਦੇ ਨੇ, ਕੇਸ 1, ਕੇਸ 2 ਅਤੇ ਕੇਸ 3। ਜ਼ਰਾ ਗੌਰ ਕਰਨਾ, ਆਪਾਂ ਚਾਹੁੰਦੇ ਹਾਂ ਇਹ ਦੋਨੋਂ ਮੈਚ ਕਰਨੇ। ਪਹਿਲਾ ਹੋ ਸਕਦਾ ਇੱਦਾਂ, ਆਹ ਬਜਟ ਲਾਈਨ ਅਤੇ ਆਪਣੀ ਆਈ ਸੀ ਬਹੁਤ ਦੂਰ, ਠੀਕ ਹੈ। ਦੂਜਾ, ਆਹ ਬਜਟ ਲਾਈਨ, ਬਜਟ ਲਾਈਨ ਬਣ ਗਈ ਅਤੇ ਆਈ ਸੀ ਆਪਣੀ ਟੱਚ ਐਵੇਂ ਅੰਦਰ ਜਾ ਰਹੀ ਹੈ, ਠੀਕ। ਤੀਜਾ, ਆ ਬਜਟ ਲਾਈਨ ਅਤੇ ਆਈ ਸੀ ਇਹ ਇਹ ਮਾੜੀ ਟੱਚ ਕਰਕੇ ਜਾ ਰਹੀ, ਠੀਕ। ਹੁਣ ਧਿਆਨ ਨਾਲ, ਬਸ ਮੈਂ ਤੁਹਾਨੂੰ ਇਹ ਸਮਝਾਉਣਾ ਸੀ, ਬੁੱਕ ਦੇ ਵਿੱਚ ਸਿਰਫ ਇਹ ਦਿੱਤਾ ਹੁੰਦਾ, ਇੱਥੇ ਹੀ ਹੈ ਜਿੱਥੇ ਇਹ ਆਈ ਸੀ ਅਤੇ ਬਜਟ ਲਾਈਨ ਟੱਚ ਕਰਨਗੇ ਨਾ ਇੱਕ ਪੁਆਇੰਟ 'ਤੇ, ਸਿੰਗਲ ਪੁਆਇੰਟ 'ਤੇ, ਉਸਨੂੰ ਬੋਲਦੇ ਹਾਂ ਆਪਾਂ ਕੰਜ਼ਿਊਮਰਸ ਇਕਲੀਬ੍ਰੀਅਮ। ਹੁਣ ਖਾਸ ਗੱਲ ਇਹ ਹੈ ਕਿ ਬੱਚੇ ਪੁੱਛਦੇ ਨੇ ਵੀ ਸਰ ਜੀ ਇੱਥੇ ਹੀ ਟੱਚ ਕੀਤਾ, ਐਵੇਂ ਕਿਉਂ ਨਹੀਂ ਆ ਸਕਦਾ? ਬਸ ਮੈਂ ਉਹੀ ਸਮਝਾਉਣਾ ਤੁਹਾਨੂੰ ਵੀ ਉੱਪਰਲੇ ਦੋ ਕੇਸਿਸ ਤਾਂ ਹੋ ਹੀ ਨਹੀਂ ਸਕਦੇ। ਕਿਵੇਂ? ਜ਼ਰਾ ਗੌਰ ਕਰਿਓ, ਬਜਟ ਤੁਹਾਡਾ ਇੱਥੇ ਹੈ ਅਤੇ ਤੁਸੀਂ ਗੱਲਾਂ ਇੱਥੇ ਦੀਆਂ ਕਰਦੇ ਹੋ ਹੀ ਨਹੀਂ ਸਕਦਾ। ਤੁਸੀਂ ਆਪ ਸਮਝੋ, ਆਹ ਅਟੇਨੇਬਲ ਕੰਬੀਨੇਸ਼ਨ ਹੈ, ਤੁਸੀਂ ਇੱਥੇ ਖਰਚਾ ਕਰ ਸਕਦੇ ਹੋ। ਔਕਾਤ ਹੀ ਹੈ ਕਿ ਆਪਾਂ ਇੱਥੇ ਖਰਚਾ ਕਰ ਸਕਦੇ ਹਾਂ, ਬਾਹਰ ਜਾ ਹੀ ਨਹੀਂ ਸਕਦੇ, ਫਿਰ ਤੁਸੀਂ ਆ ਇੱਥੇ ਕੀ ਸੁਪਨੇ ਲੈ ਰਹੇ ਹਾਂ ਆਪਾਂ ਬਾਹਰ? ਗੜਬੜ ਹੈ ਨਾ, ਇੱਥੇ ਕੰਜ਼ੰਪਸ਼ਨ ਦੇ ਤਾਂ ਸੁਪਨੇ ਹੀ ਹੋ ਗਏ ਫਿਰ। ਇਟ ਮੀਨਸ ਇਹ ਸਿਚੁਏਸ਼ਨ ਗਲਤ ਹੈ, ਹੋ ਹੀ ਨਹੀਂ ਸਕਦਾ, ਠੀਕ, ਕਿਉਂਕਿ ਆਪਣੇ ਕੋਲ ਪੈਸੇ ਨਹੀਂ ਹੈਗੇ। ਦੂਜਾ ਗੱਲ ਜਿਹੜੀ, ਹੁਣ ਬਜਟ ਇੱਥੇ ਹੈ ਅਤੇ ਅਗਰ ਆਪਾਂ ਇਸ ਕਰਵ ਨੂੰ ਦੇਖਦੇ ਹਾਂ, ਪ੍ਰੋਬਲਮ ਕਿਆ ਹੈ? ਇਸ ਕਰਵ ਨਾਲ ਦੇਖੋ ਆਪਣੇ ਕੋਲ ਇੱਥੇ ਵੀ ਪੁਆਇੰਟ ਆਉਂਦਾ, ਇੱਥੇ ਵੀ ਪੁਆਇੰਟ ਆਉਂਦਾ, ਇੱਥੇ ਵੀ ਆਉਂਦਾ, ਇੱਥੇ ਵੀ ਆਉਂਦਾ, ਠੀਕ। ਹਰ ਮਤਲਬ ਪੁਆਇੰਟ 'ਤੇ ਨਾ ਸੈਟਿਸਫੈਕਸ਼ਨ ਲੈਵਲ ਸੇਮ ਹੈ। ਜ਼ਰਾ ਗੌਰ ਕਰਿਓ, ਏ ਬੀ ਸੀ ਡੀ, ਠੀਕ ਹੈ, ਅਤੇ ਈ ਵੀ ਲਾ ਲਓ। ਹੁਣ ਓਬਵੀਅਸਲੀ ਪੁਆਇੰਟ ਈ 'ਤੇ ਆਪਾਂ ਟੱਚ ਹੀ ਨਹੀਂ ਕਰ ਸਕਦੇ, ਪੁਆਇੰਟ ਈ 'ਤੇ ਤਾਂ ਆਪਾਂ ਪੈਸੇ ਲਾ ਹੀ ਨਹੀਂ ਸਕਦੇ, ਪੈਸੇ ਹੈ ਹੀ ਨਹੀਂ ਗਏ ਇੰਨੇ, ਕਿਉਂਕਿ ਬਜਟ ਲਾਈਨ ਤੋਂ ਬਾਹਰ ਚਲਾ ਗਿਆ। ਤੁਸੀਂ ਏ 'ਤੇ ਪੈਸਾ ਲਾ ਸਕਦੇ ਹੋ, ਬੀ 'ਤੇ ਲਾ ਸਕਦੇ ਹਾਂ, ਸੀ 'ਤੇ ਲਾ ਸਕਦੇ ਹਾਂ, ਡੀ 'ਤੇ ਲਾ ਸਕਦੇ ਹਾਂ। ਤੁਸੀਂ ਸੋਚ ਕੇ ਦੇਖੋ, ਇੱਕ ਸਿਆਣਾ ਬੰਦਾ ਇਹ ਚਾਰਾਂ ਤੋਂ, ਚਾਰਾਂ ਵਿੱਚੋਂ ਕਿਸ 'ਤੇ ਪੈਸਾ ਲਾਊਗਾ? ਅਗਰ ਪਤਾ ਆਪਾਂ ਨੂੰ ਵੀ ਏ ਬੀ ਸੀ ਡੀ 'ਤੇ ਸੈਟਿਸਫੈਕਸ਼ਨ ਲੈਵਲ ਸੇਮ ਹੈ, ਤਾਂ ਤੁਹਾਨੂੰ ਕੀ ਲੱਗਦਾ ਬੈਸਟ ਕਿਸ 'ਤੇ ਹੋਊਗਾ ਪੈਸਾ ਲਾਉਣਾ? ਉਸ 'ਤੇ ਹੀ ਹੋਊਗਾ ਜਿਹੜਾ ਪੁਆਇੰਟ ਓਰੀਜਨ ਦੇ ਸਭ ਤੋਂ ਨੇੜੇ ਹੋਊਗਾ, ਮਤਲਬ ਜਿੱਥੇ ਖਰਚਾ ਸਭ ਤੋਂ ਘੱਟ ਹੋਊਗਾ ਉਸ 'ਤੇ ਪੈਸਾ ਲਾਊਗਾ। ਤਾਂ ਬੰਦਾ ਬੀ 'ਤੇ ਪੈਸਾ ਲਾ ਦੂਗਾ, ਸਿੱਧੀ ਜੀ ਗੱਲ, ਉਹ ਤਾਂ ਸੀ 'ਤੇ ਡੀ ਕਹਿੰਦੇ ਦੇਖੂਗਾ ਵੀ ਨਹੀਂ, ਇਹ 'ਤੇ ਵੀ ਬਿਲਕੁਲ ਦੇਖੂਗਾ ਨਹੀਂ ਉਹ 'ਤੇ ਕਹਿੰਦੇ, ਕਿਉਂਕਿ ਉਹਨੂੰ ਏ ਦੇ ਉੱਤੇ ਬਿਲਕੁਲ ਉਹਦਾ ਸਿਰ ਦਾ ਬਜਟ ਪੂਰਾ ਲਾਉਣਾ ਪਊਗਾ ਪੈਸੇ ਦਾ, ਡੀ 'ਤੇ ਵੀ ਪੂਰਾ ਲਾਉਣਾ ਪਊਗਾ, ਸੀ 'ਤੇ ਜ਼ਿਆਦਾ ਲਾਉਣਾ ਪਊਗਾ ਬੀ ਤੋਂ, ਤਾਂ ਓਬਵੀਅਸਲੀ ਉਹ ਬੀ 'ਤੇ ਪੈਸਾ ਲਾਏਗਾ। ਤਾਂ ਇਹ ਸਿਚੁਏਸ਼ਨ ਕੋਈ ਵੱਡੀ ਸੋਹਣੀ ਨਹੀਂ ਹੈਗੀ। ਸਭ ਤੋਂ ਬੈਸਟ ਮੰਨੀ ਜਾਂਦੀ ਹੈ ਆਹ ਵਾਲੀ ਜੀ, ਕਿ ਆਪਣੀ ਕਰਵ ਹੈ ਇੱਦਾਂ ਦੀ ਅਤੇ ਆਪਣਾ ਬਜਟ ਹੈ ਇੱਦਾਂ ਦਾ,
ਆਪਾਂ ਨੇ ਕੋਈ ਸ਼ੌਂਕ ਤੇ ਆਪਣੀ ਕੋਈ ਸੈਟੀਸਫੈਕਸ਼ਨ ਲੈਵਲ ਆਪਣਾ ਇਸ ਹਿਸਾਬ ਦਾ ਹੋਇਆ ਪਿਆ, ਪਰ ਆਪਾਂ ਕੀ ਪਾ ਰਹੇ ਹਾਂ ਕਿ ਆਪਾਂ ਆਪਣੇ ਬਜਟ ਦਾ ਬੈਸਟ ਯੂਜ਼ ਕਰਕੇ, ਬੈਸਟ ਯੂਜ਼ ਕਰਕੇ ਆਪਾਂ ਉਸ ਪੁਆਇੰਟ ਨੂੰ ਟੱਚ ਕਰ ਸਕੀਏ ਕਿ ਆਪਾਂ ਨੂੰ ਵੱਧ ਤੋਂ ਵੱਧ ਸੈਟੀਸਫੈਕਸ਼ਨ ਮਿਲੇ, ਵੱਧ ਤੋਂ ਵੱਧ ਸੈਟੀਸਫੈਕਸ਼ਨ ਮਿਲੇ। ਹੁਣ ਇੱਕ ਮਿੰਟ, ਇਹ ਤਿੰਨਾਂ ਨੂੰ ਮਾੜਾ ਜਿਹਾ ਇੱਦਾਂ ਦੇਖ ਕੇ ਦੇਖਿਓ ਤੁਸੀਂ, ਆਹ ਮੇਰੀ ਬਜਟ ਲਾਈਨ ਹੈ, ਠੀਕ। ਕਰਵ ਦੇਖਿਓ, ਇੱਕ ਕਰਵ ਆਹ IC1, ਇੱਕ ਕਰਵ ਹੈ ਆਹ IC2, ਇੱਕ ਹੈ IC3। ਸੋਚ ਕੇ ਦੇਖੋ, IC1 ਮੇਰੇ ਵਾਸਤੇ ਕਬਾੜਾ ਹੈ, ਕਿਉਂ? ਕਿਉਂਕਿ ਮੇਰੇ ਪੈਸੇ ਇੰਨੇ ਲੱਗ ਰਹੇ ਨੇ, ਪਰ ਸੈਟਿਸਫੈਕਸ਼ਨ ਮੈਨੂੰ ਦਿਖ ਰਿਹਾ ਵੀ IC2 ਤੋਂ ਜ਼ਿਆਦਾ ਹੋਏਗੀ, ਕਿਉਂਕਿ IC2 ਉਸ ਤੋਂ ਉੱਤੇ ਹੈ। IC3 ਮੇਰੀ ਔਕਾਤ ਤੋਂ ਬਾਹਰ ਹੈ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੇ ਤਾਂ ਬਸ ਇੰਨੀ ਕੁ ਲਾਈਨ ਤੱਕ ਪੈਸੇ ਲਾ ਸਕਦਾ ਮੈਂ, ਠੀਕ। ਤਾਂ IC2 ਜਿਹੜੀ ਆਪਣੇ ਕੋਲ ਸਿਰਫ ਇੱਕ ਪੁਆਇੰਟ 'ਤੇ ਟੱਚ ਕਰਦੀ ਹੈ, ਉਹ ਬੈਸਟ ਸਿਚੁਏਸ਼ਨ ਹੈ। ਜਿੱਥੇ IC ਕਰ ਇੰਡਫਰੈਂਸ ਕਰ ਅਤੇ ਬਜਟ ਲਾਈਨ ਸਿੰਗਲ ਪੁਆਇੰਟ 'ਤੇ ਟੱਚ ਕਰਨਗੇ, ਉੱਥੇ ਆਏਗਾ ਕੰਜ਼ੂਮਰ ਦਾ ਇਕਲਿਬਰੀਅਮ, ਠੀਕ। ਐਕਸਪਲੇਨੇਸ਼ਨ ਬੁੱਕ ਦੇ ਵਿੱਚੋਂ ਪੜ੍ਹ ਲੈਣਾ, ਉਸ ਅਕੋਰਡਿੰਗ ਆਂਸਰ ਲਿਖਣਾ ਜਿੰਨਾ ਕੁ ਤੁਹਾਨੂੰ ਕੁਸ਼ਚਨ ਦੇ ਮਾਰਕਸ ਆਏ ਹੋਏ ਨੇ। 6 ਨੰਬਰ 'ਚ ਕੁਸ਼ਚਨ ਦਾ ਆਂਸਰ ਬਹੁਤ ਬੜਾ ਹੋ ਜਾਏਗਾ। 6 ਨੰਬਰ 'ਚ ਆਂਸਰ ਕਿਵੇਂ ਦਊਂਗੇ? ਬਜਟ ਬਾਰੇ ਪੂਰਾ ਐਕਸਪਲੇਨ ਕਰੋ, ਇਨਡਿਫਰੈਂਸ ਕਰਵ ਬਾਰੇ ਪੂਰਾ ਐਕਸਪਲੇਨ ਕਰੋ, ਫਿਰ ਦੋਹਾਂ ਦੇ ਫਿਗਰਸ ਨੂੰ ਆਪਸ 'ਚ ਇਕੱਠਾ ਕਰਕੇ ਇਹਨੂੰ ਐਕਸਪਲੇਨ ਕਰੋ, ਠੀਕ ਹੈ। ਉੱਥੇ ਤੁਸੀਂ 3 ਬਣਾਉਣ ਦੀ ਲੋੜ ਨਹੀਂ ਪੈਣੀ, ਪੇਪਰ ਦੇ ਵਿੱਚ ਟੀਚਰ ਨੂੰ ਸਿਰਫ ਇੱਕੋ ਹੀ ਪਸੰਦ ਹੈ, ਆਹ ਵਾਲਾ, ਜਿੱਥੇ ਤੁਸੀਂ ਸਿਰਫ ਇੱਕ IC ਨੂੰ ਅਤੇ ਬਜਟ ਲਾਈਨ ਨੂੰ ਟੱਚ ਕਰਦੇ ਦਿਖਾਓਗੇ ਸਿੰਗਲ ਪੁਆਇੰਟ 'ਤੇ, ਠੀਕ। IC ਜਿੱਥੇ ਟੱਚ ਕਰੇਗੀ ਬਜਟ ਲਾਈਨ ਨੂੰ, ਕੰਜ਼ਿਊਮਰ ਦਾ ਇਕਲਿਬਰੀਅਮ ਆ ਗਿਆ। ਫਿਰ ਵੀ ਦੋ ਗੱਲਾਂ ਛੋਟੀਆਂ ਜਿਹੀਆਂ ਹੋਰ ਦੱਸਣ ਵਾਲੀਆਂ ਨੇ, ਐਵੇਂ ਲਾ ਲਓ ਐਕਸਪਲੇਨੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਿਤੇ ਕੰਮ ਆ ਸਕਦੀਆਂ ਨੇ ਪੇਪਰ 'ਚ, ਅਗਰ ਕੁਸ਼ਚਨ ਨੂੰ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਐਕਸਪਲੇਨ ਕਰਨਾ ਹੈ। ਬੋਲਿਆ ਜਾਂਦਾ ਰੈਸ਼ਨਲ ਬਿਹਾਇੰਡ ਦਾ ਕੰਡੀਸ਼ਨਸ ਆਫ ਇਕਲਿਬਰੀਅਮ, ਦੋ ਕੰਡੀਸ਼ਨਸ ਨੇ ਉਹਨਾਂ ਪਿੱਛੇ ਤਕੜੇ ਜਿਹੇ ਕਾਰਨ ਨੇ। ਕੰਜ਼ਿਊਮਰ ਦਾ ਇਕਲਿਬਰੀਅਮ ਆਏਗਾ ਫਸਟ ਕੰਡੀਸ਼ਨ, ਜਿੱਥੇ ਸਲੋਪ ਆਫ IC ਅਤੇ ਸਲੋਪ ਆਫ ਬਜਟ ਲਾਈਨ ਜਾਂ ਕਹਿ ਲਓ ਸਲੋਪ ਆਫ ਪ੍ਰਾਈਸ ਲਾਈਨ ਮੈਚ ਕਰਨਗੀਆਂ, ਇਕੁਅਲ ਹੋਣਗੀਆਂ। ਇਸ ਨੂੰ ਕਈ ਵਾਰੀ MCQs ਦੇ ਵਿੱਚ ਅਤੇ ਟੀਚਰਸ ਲਾ ਲਓ ਬਹੁਤ ਜ਼ਿਆਦਾ ਵਧੀਆ ਇਸ ਤਰੀਕੇ ਨਾਲ ਦੇਖਣਾ ਚਾਹੁੰਦੇ ਨੇ। ਸਲੋਪ ਆਫ IC ਦਾ ਫਾਰਮੂਲਾ ਯਾਦ ਹੈ, ਮਾਰਜਨ ਰੇਟ ਆਫ ਸਬਸਟੀਟਿਊਸ਼ਨ, ਠੀਕ ਹੈ। ਕਿਉਂਕਿ IC ਜਿਹੜੀ ਸੀਗੀ ਉਹਦੇ ਵਿੱਚ ਜਦੋਂ ਆਪਾਂ ਇੱਕ ਪ੍ਰੋਡਕਟ ਵਧਾਉਂਦੇ ਹਾਂ ਤਾਂ ਦੂਜਾ ਘੱਟਦਾ ਜਾਂਦਾ, ਰੇਟ ਆਫ ਸਬਸਟੀਟਿਊਸ਼ਨ ਹੁੰਦੀ ਜਾਂਦੀ ਹੈ। ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦਾ ਫਾਰਮੂਲਾ ਵੀ ਸੀਗਾ, ਲੋਸ ਆਫ ਯੂਟੀਲਿਟੀ ਡਿਵਾਈਡ ਬਾਈ ਗੇਨ ਆਫ ਯੂਟੀਲਿਟੀ, ਠੀਕ ਹੈ। ਜਿਵੇਂ ਜਿਵੇਂ ਆਪਾਂ ਇੱਕ ਪ੍ਰੋਡਕਟ ਘਟਾ ਰਹੇ ਹਾਂ ਦੂਸਰਾ ਲੈਣ ਦੇ ਮਾਰੇ, ਠੀਕ। ਅਤੇ ਸਲੋਪ ਆਫ ਬਜਟ ਲਾਈਨ ਇਹਦਾ ਫਾਰਮੂਲਾ ਕੀ ਸੀਗਾ? PX/PY, ਕਿਉਂਕਿ ਉਹ ਜਿਹੜਾ ਸਲੋਪ ਬਣਦੀ ਹੈ ਇਹ ਦੋਹਾਂ ਪ੍ਰੋਡਕਟਸ ਦੇ ਪ੍ਰਾਈਸਿਸ ਦੇ ਅਕੋਰਡਿੰਗ ਹੀ ਬਣਦੀ ਹੈ, ਠੀਕ। ਜਿੱਥੇ ਦੋਨੋਂ ਫਿਗਰਸ ਮੈਚ ਕਰਨਗੀਆਂ ਉੱਥੇ ਤੁਹਾਡਾ ਇਕਲਿਬਰੀਅਮ ਆ ਜਾਏਗਾ ਜੀ, ਇੰਨੀ ਗੱਲ ਹੈ। ਅਗਲੀ ਗੱਲ ਹੋਰ ਵੀ ਹੈ ਛੋਟੀ ਜੀ, IC ਇਜ਼ ਕਨਵੈਕਸ ਟੂ ਦਾ ਓਰੀਜਨ ਐਟ ਦ ਪੁਆਇੰਟ ਆਫ ਇਕਲਿਬਰੀਅਮ। IC ਦਾ ਓਰੀਜਨ 'ਤੇ ਕਨਵੈਕਸ ਹੋਣਾ ਬੜਾ ਜ਼ਰੂਰੀ ਹੈ। ਅਗਰ ਕਨਵੈਕਸ ਨਹੀਂ ਹੁੰਦੀ, ਅਗਰ ਉਹਦੀ ਸ਼ੇਪ ਸਿੱਧੀ ਬਣਦੀ ਹੈ, ਅਵਲ ਤਾਂ ਆਪਾਂ ਪ੍ਰੋਪਰਟੀ ਪੜ੍ਹੀ ਹੈ ਕਿ IC ਸਿੱਧੀ ਬਣਦੀ ਨਹੀਂ, IC ਨਾ ਤਾਂ ਕਨਕੇਵ ਬਣ ਸਕਦੀ ਹੈ ਨਾ ਹੀ ਕਨਵੈਕਸ ਬਣ ਸਕ
ਨਾ ਹੀ ਸਟ੍ਰੇਟ ਲਾਈਨ ਹੋ ਸਕਦੀ ਹੈ। ਆਈਸੀ ਦੀ ਮਜਬੂਰੀ ਹੈ, ਆਈਸੀ ਇੱਦਾਂ ਹੀ ਬਣੇਗੀ, ਆਈਸੀ ਦੀ ਸ਼ੇਪ ਹੀ ਕਨਵੈਕਸ ਬਣਦੀ ਹੈ, ਉਹਦਾ ਕਨਵੈਕਸ ਹੋਣਾ ਜ਼ਰੂਰੀ ਹੈ। ਮੋਨੋਟੋਨਿਕ ਪ੍ਰੈਫਰੈਂਸ ਵੀ ਇਹਦਾ ਇੱਕ ਤਕੜਾ ਰੀਜ਼ਨ ਹੈ। ਆਈਸੀ ਦਾ ਕਨਵੈਕਸ ਹੋਣ ਦਾ ਕੀ ਕਾਰਨ ਸੀਗਾ? ਬੇਸਿਕਲੀ ਆਈਸੀ ਕਨਵੈਕਸ ਹੁੰਦੀ ਸੀਗੀ ਇਸ ਕਰਕੇ ਕਿਉਂਕਿ ਆਪਾਂ ਜਦੋਂ ਇੱਕ ਪ੍ਰੋਡਕਟ ਨੂੰ ਛੋੜ ਕੇ ਦੂਸਰੇ ਨੂੰ ਕੰਜ਼ਿਊਮ ਕਰ ਰਹੇ ਹਾਂ ਤਾਂ ਜਿਹਨੂੰ ਆਪਾਂ ਛੋੜਦੇ ਜਾ ਰਹੇ ਹਾਂ ਉਹਦਾ ਛੱਡਣਾ ਆਪਾਂ ਨੂੰ ਅੱਖਰ ਰਿਹਾ, ਆਪਾਂ ਨੂੰ ਯਾਦ ਆ ਰਿਹਾ, ਤਾਂ ਉਹਦਾ ਛੋੜਦੇ ਜਾਣਾ ਆਪਣਾ ਘਟਦਾ ਜਾਂਦਾ ਹੁੰਦਾ ਜੇ ਤੁਹਾਨੂੰ ਯਾਦ ਆਵੇ। ਆਪਾਂ ਨੇ ਟੇਬਲ ਇੱਦਾਂ ਬਣਾਇਆ ਸੀ ਆਈਸੀ ਦਾ, ਪ੍ਰੋਡਕਟ ਐਕਸ ਪ੍ਰੋਡਕਟ ਵਾਈ। ਅਗਰ ਮੈਂ ਪ੍ਰੋਡਕਟ ਆ ਵਧਾ ਰਿਹਾ 1, 2, 3, 4 ਤਾਂ ਓਬਵੀਅਸਲੀ ਇਹਨੂੰ ਵਧਾਉਣ ਦੇ ਚੱਕਰ 'ਚ ਮੈਂ ਇਹਨੂੰ ਘਟਾਊਂਗਾ, ਪਰ ਇਹਨੂੰ ਘਟਾਊਂਗਾ ਕਿਸ ਹਿਸਾਬ ਨਾਲ? ਪਹਿਲਾਂ ਪਹਿਲਾਂ ਤਾਂ ਮੈਂ ਬਹੁਤ ਘਟਾ ਲੂੰਗਾ, ਫਿਰ ਮੈਂ ਥੋੜ੍ਹਾ ਜਿਹਾ ਘੱਟ ਘਟਾਊਂਗਾ, ਫਿਰ ਉਦੋਂ ਘੱਟ ਘਟਾਊਂਗਾ। ਪਹਿਲਾਂ ਮੈਂ ਜ਼ਿਆਦਾ ਘਟਾਇਆ, ਫਿਰ ਮੈਂ ਉਸ ਤੋਂ ਘੱਟ ਘਟਾਇਆ, ਫਿਰ ਮੈਂ ਉਸ ਤੋਂ ਘੱਟ ਘਟਾਇਆ, ਠੀਕ ਹੈ। ਇੱਕ ਪ੍ਰੋਡਕਟ ਨੂੰ ਲੈਣ ਲੱਗਿਆਂ ਜੋ ਦੂਸਰੇ ਨੂੰ ਛੋੜਦੇ ਹਾਂ ਤਾਂ ਉਹਦੀ ਇੱਕ ਇੰਟੈਂਸਿਟੀ ਆਫ ਡਿਜ਼ਾਇਰ ਹੈ ਜਿਹੜੀ ਵਧਣ ਲੱਗ ਜਾਂਦੀ ਹੈ, ਜਿਹਨੂੰ ਆਪਾਂ ਛੱਡ ਰਹੇ ਹਾਂ ਉਹਦੀ ਯਾਦ ਆਉਣ ਲੱਗ ਜਾਂਦੀ ਹੈ। ਬੇਸਿਕਲੀ ਤਾਂ ਇੱਦਾਂ ਕਹਿ ਸਕਦੇ ਤੁਸੀਂ, ਠੀਕ ਹੈ। ਅਤੇ ਉਸ ਚੱਕਰ ਦੇ ਵਿੱਚ ਆਕਾਰ ਉੱਪਰ ਉੱਠ ਜਾਂਦੀ ਹੈ, ਅਤੇ ਇਹਦਾ ਉੱਪਰ ਉੱਠਣਾ ਬਹੁਤ ਜ਼ਰੂਰੀ ਹੈ। ਇਸੇ ਨਾਲ ਹੀ ਫਿਰ ਜਦੋਂ ਇੱਥੇ ਬਜਟ ਲਾਈਨ ਟੱਚ ਕਰੇਗੀ ਇਕਲਿਬ੍ਰੀਅਮ ਆਏਗਾ। ਆਪਣਾ ਮੈਨੂੰ ਚੈਪਟਰ ਮੁੱਕ ਗਿਆ ਫਿਲਹਾਲ ਇਸ ਵੀਡੀਓ ਵਿੱਚ, ਬਸ ਇੰਨਾ ਕੁ ਹੀ। ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ।